ਸਤਿਕਾਰ ਨਮਸਤੇ ਆਦਾਬ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਵਲੌਗ ਚੈਨਲ ਜਿਹਦਾ ਨਾਮ ਹੈ ਦਿਸ਼ਾ ਰਾਣੀ ਵਲੌਗ। ਸੋ ਅੱਜ ਮੈਨੂੰ ਮਿਲੀ ਆ ਰਾਖੀ ਔਰ ਆਰਵ ਵੀ ਕਿਤੇ ਖੁੱਲੀ ਸੀ ਮੈਂ ਪਾ ਲਈ ਕਿਉਂਕਿ ਮੈਨੂੰ ਬਹੁਤ ਕਿਊਟ ਜਿਹਾ ਲੱਗਾ ਵਿੱਚ ਜਿਹੜਾ ਬਣਿਆ ਨਾ ਔਰ ਨਾਲ ਵਾਈਟ ਜਿਹੜਾ ਰਬੜ ਬੈਂਡ। ਸੋ ਅਸੀਂ ਚੱਲੇ ਹਾਂ, ਮੈਂ ਚੱਲੀ ਹਾਂ ਲਾਲੀ ਨਾ, ਲਾਲੀ ਚੱਲੇ ਹਾਂ ਕਾਰ ਨਾ, ਲਾਲੀ ਚੱਲੇ ਹਾਂ ਕਾਰ ਦਿਖਾਉਣ ਘਰ ਦੇ ਕੁਛ ਪੁਸ਼ ਪੁਸ਼ ਪਾਉਣ ਕੁਛ ਸੀਗਾ। ਸੋ ਆਲਰੇਡੀ ਲਾਲੀ 3-4 ਦਿਨ ਬਾਅਦ ਆਏ ਸੀਗੇ। ਸੋ ਲਾਲੀ ਕਹਿੰਦੇ ਚੱਲ ਮੇਰੇ ਨਾਲ ਚੱਲ, ਥੋੜ੍ਹਾ ਜਿਹਾ ਟਾਈਮ ਸਪੈਂਡ ਹੋ ਜੂਗਾ। ਜਿੱਥੇ ਅਸੀਂ ਆਉਣਾ ਸੀ ਕੰਮ, ਲਾਲੀ ਨਾ ਮੈਂ ਅਸੀਂ ਬੈਠੇ ਹਾਂ ਔਫਿਸ। ਮੇਰੀ ਸਟੋਰੀ ਰਹਿ ਗਈ ਸੀ ਵਿੱਚ ਕਿਉਂਕਿ ਮੇਰਾ ਫੋਨ ਹੋ ਗਿਆ ਸੀ ਫੁੱਲ, ਫੋਨ ਵੀ ਫੁੱਲ ਹੋ ਗਿਆ ਸੀ, ਮੈਮਰੀ ਫੁੱਲ ਹੋ ਗਈ ਸੀ, ਦੋਨੇ ਇਕੱਠੇ ਨੋਟੀਫਿਕੇਸ਼ਨ ਆਈਆਂ। ਸੋ ਮੇਰੀ ਸਟੋਰੀ ਹੁਣ ਸੀਗੀ ਕਿੱਥੇ ਕਿ ਮੇਰਾ ਹੁਣ ਮੁਕਾ ਹੀ ਦਿੰਦੇ ਹਾਂ ਕਿਉਂਕਿ ਉਸ ਟਾਈਮ ਥੋੜ੍ਹਾ ਮੂਡ ਬਣਿਆ ਸੀ, ਹੁਣ ਮੂਡ ਥੋੜ੍ਹਾ ਉੜ ਗਿਆ। ਕੀ ਮੈਮਰੀ ਫੁੱਲ ਹੋ ਗਈ ਸੀ ਤੇ ਫੋਨ ਵੀ ਹੋ ਗਿਆ ਫੁੱਲ, ਇਦਾਂ ਕਿਵੇਂ? ਫੋਨ ਦੀ ਬੈਟਰੀ ਲੋ ਹੋ ਗਈ ਸੀ, ਫੋਨ ਲੱਗਿਆ ਪਤਾ ਨਹੀਂ ਕੀ ਕਿਹਾ। ਸੋ ਗਾਇਸ ਕੌਫੀ ਪੀ ਪੀ ਕੇ ਚੜ੍ਹ ਗਈ ਮੁਫਤ ਦੀ ਕੌਫੀ। ਸੋ ਗਾਇਸ ਮੁਫਤ ਦੀ ਕੌਫੀ, ਮੁਫਤ ਤਾਂ ਨਹੀਂ ਹੁੰਦਾ, ਇੰਨਾ ਬਿੱਲ ਬਣਾਉਂਦੇ ਹੁੰਦੇ। ਸੋ ਗਾਇਸ ਫਿਰ ਗੱਲ ਪਲਾ ਕੇ ਆਹ ਮੇਰਾ ਕਹਿੰਦਾ ਮਤਲਬ ਸੀਗਾ ਕਿ ਇੱਧਰ ਭਗਵਾਨ ਜੀ ਤੁਹਾਨੂੰ ਪੈਸੇ ਹੀ ਨਹੀਂ ਦਊਗੇ ਤਾਂ ਤੁਹਾਡੇ ਖਰਚੇ ਖੜ੍ਹੇ ਹੋ ਜਾਓਗੇ, ਦੈਨ ਤੁਸੀਂ ਕੀ ਸੋਚੋਗੇ? ਤਾਂ ਮੇਰੀ ਸਟੋਰੀ ਇਹ ਸੀ, ਮੇਰਾ ਮੋਰਲ ਇਹ ਸੀ ਕਿ ਅਸੀਂ ਇਸ ਚੀਜ਼ ਨੂੰ ਰੈਦਰ ਦੈਨ ਨੈਗੇਟਿਵ ਸੋਚੀਏ, ਅਸੀਂ ਇਹਦਾ ਪੋਜ਼ੀਟਿਵ ਸੋਚਣਾ ਚਾਹੀਦਾ ਕਿ ਸਾਡੇ ਹਜੇ ਕੋਈ ਖਰਚਾ ਆਉਂਦਾ ਹੀ ਹੈ ਜਾਂ ਸਾਡੇ ਕੋਈ ਹਜੇ ਨੀਡ ਪੈਂਦੀ ਹੈ, ਖਰਚਾ ਨਹੀਂ ਕੁਛ ਵੀ ਨਹੀਂ, ਕੁਛ ਵੀ ਜ਼ਰੂਰਤ ਪੈਂਦੀ ਹੈ ਤਾਂ ਪਹਿਲਾਂ ਸਾਨੂੰ ਰੱਬ ਦੇ ਦਿੰਦਾ ਹੈ। ਸੋ ਹਾਓ ਹੈਪੀ ਇਟ ਇਜ਼, ਮਤਲਬ ਕਿਸ ਤਰੀਕੇ ਨਾਲ ਅਸੀਂ ਚੀਜ਼ ਨੂੰ ਦੇਖਣਾ ਹੈ ਉਹ ਸਾਡੇ 'ਤੇ ਡਿਪੈਂਡ ਹੈ। ਸੋ ਆਈ ਐਮ ਅ ਵੈਰੀ ਪੋਜ਼ੀਟਿਵ ਪਰਸਨ, ਮੈਂ ਕਹਿੰਦੀ ਰਹਿੰਦੀ ਮੈਂ ਪੋਜ਼ੀਟਿਵ ਹਾਂ, ਪੋਜ਼ੀਟਿਵ ਹਾਂ, ਪੋਜ਼ੀਟਿਵ ਹਾਂ ਮੈਂ, ਹਾਂ ਪਰ ਮੈਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦੀ ਹਾਂ, ਖੁਸ਼ ਰਹਿੰਦੀ ਵੀ ਹਾਂ ਨਾ, ਮੈਂ ਖੁਸ਼ ਰਹਿੰਦੀ ਹਾਂ ਨਾ, ਹੈ ਨਾ। ਹਾਂ
ਸੋ ਹੁਣ ਅਸੀਂ ਬੈਠੇ ਹਾਂ ਇੱਥੇ। ਹੁਣ ਮੈਂ ਬੁੱਕ ਮੈਂ ਆਪਣੇ ਨਾਲ ਹੀ ਬੁੱਕ ਲੈ ਕੇ ਆਈ ਸੀ ਜਿਹੜੀ ਮੈਂ ਰੀਡ ਕਰ ਰਹੀ ਹਾਂ, ਸੋ ਮੈਂ ਥੋੜ੍ਹੀ ਜਿਹੀ ਬੁੱਕ ਰੀਡ ਕੀਤੀ। ਹੁਣ ਫਿਰ ਅਸੀਂ ਸਾਨੂੰ ਮਿਲ ਗਈ, ਫਿਰ ਅਸੀਂ ਚੈੱਸ ਖੇਲੀ। ਟਿੱਪੀ ਆਉਣੀ ਸੀ, ਤੂੰ ਦੋ ਵਾਰੀ ਖੇਲੀ, ਦੋ ਵਾਰੀ ਮੈਂ ਹੀ ਹਾਰੀ। ਮੈਨੂੰ ਭੁੱਲ ਜਾਂਦਾ ਸੀਗਾ ਕਿ ਆਹ ਸਪਾਈ ਬਣਾਇਆ ਇਹ ਤੂੰ ਉੱਦਾਂ ਕਰਕੇ, ਅਦਰਵਾਈਜ਼ ਮੈਂ ਹਾਰਨ ਵਾਲੀ ਤਾਂ ਹੈ। ਸੋ ਲਾਲੀ ਇੱਥੇ ਕਰ ਰਿਹਾ ਵਿਸ਼ਰਾਮ, ਤੁਹਾਨੂੰ ਦੇਖਣ ਰਿਹਾ ਸਾਰੀ ਜਨਤਾ ਦੇਖ ਗਈ ਹੈ। ਹੈਲੋ ਤਾਂ ਕਹਿ ਲਓ ਐਨ ਕਾਲ ਆ ਕੇ। ਅਯੋ ਰੱਬਾ, ਸਰਵਿਸ ਕਰਾਉਣਾ ਪੈਸੇ ਦਿੱਤੇ ਅਤੇ ਕੀ ਉਹਦਾ ਪੈਸੇ ਦਿੱਤੇ ਤੁਹਾਨੂੰ ਕਿ ਐਨ ਕਾਲ ਆ ਉਹ ਨਾ ਘਰ ਨਿਕਲਦੇ ਸਨ। ਮੈਂ ਉਹ ਵੀ ਦੇਖਿਆ ਜਿਹੜਾ ਸਕਾਈ ਰੈਸਟੋਰੈਂਟ ਖੁੱਲ੍ਹਾ ਹੋਏ ਨੈਕਸਟ, ਪਰ ਡਰ ਲੱਗਦਾ ਸੀ ਉਹਨੂੰ ਦੇਖ ਕੇ। ਮੈਂ ਵੀਡੀਓ ਜ਼ਰੂਰ ਕੋਸ਼ਿਸ਼ ਕਰੂੰਗੀ ਸ਼ੂਟ, ਕਿ ਮੈਂ ਉਹਨੂੰ ਬੈਠੂੰਗੀ ਨਹੀਂ ਕਿਉਂਕਿ ਬਹੁਤ ਇੱਕ ਕਰੇਨ ਅਤੇ ਇੱਕ ਵਾਇਰ ਜਿਹੀ ਲੱਗੀ ਹੈ ਸ਼ਾਇਦ। ਮੈਂ ਇੱਕ ਚੀਜ਼ ਸੋਚਦੀ ਸੀ ਹਰਮਨ, ਕਿ ਹੋ ਸਕਦਾ ਜਦੋਂ ਸਾਡੇ ਵਿਆਹ ਨੂੰ 3-4 ਸਾਲ ਹੋ ਜਾਂਦੇ ਉਦੋਂ ਅਸੀਂ ਲੈ ਵੀ ਲੈਂਦੇ, ਹੈ ਨਾ, ਇਹਦਾ ਕੀ ਮਤਲਬ ਹੈ? ਸੋਚਿਆ ਤੁਸੀਂ? ਇਹਦਾ ਇਹ ਮਤਲਬ ਹੈ ਕਿ ਹੁਣ ਆਰਫ ਸਾਡੀ ਲਾਈਫ 'ਚ ਜਦੋਂ ਵੀ ਪੇਰੈਂਟਸ ਕੋਈ ਬਣ ਜਾਂਦਾ ਉਦੋਂ ਜ਼ਿਆਦਾ ਧਿਆਨ ਰੱਖਣ ਲੱਗ ਪੈਂਦਾ ਕਿ 1% ਵੀ ਚਾਂਸ ਨਹੀਂ ਅਸੀਂ ਲੈ ਸਕਦੇ ਕਿ ਸਾਨੂੰ ਕੁਛ ਹੋ ਗਿਆ, ਤਾਂ ਫਿਰ ਤਾਂ ਸੋਚ ਆ ਜਾਂਦੀ ਹੈ ਨਾ ਬੱਚਾ ਵਿਚਾਰਾ ਕਿੱਦਾਂ। ਸੋ ਇਸ ਕਰਕੇ ਅਸੀਂ ਕੋਈ ਵੀ ਜਿਸ ਨਹੀਂ ਇੱਦਾਂ ਦੇ ਕੰਮ ਪੁੱਠੇ ਅਸੀਂ ਨਹੀਂ ਕਰਦੇ। ਰੋਟੀ ਖਾਣੀ ਹੈ ਥੱਲੇ ਵੀ ਖਾ ਲਵਾਂਗੇ, ਉੱਤੇ ਚੜ੍ਹ ਕੇ ਜ਼ਰੂਰ ਖਾਣੀ ਹੈ, ਹੈ ਨਾ। ਤੁਸੀਂ ਬਹਿ ਸਕਦੇ ਹੋ, ਲਾਲੀ ਵੀ ਨਹੀਂ ਮੈਂ ਵੀ ਨਹੀਂ। ਸੋ ਸਾਨੂੰ ਆਪਣੀ ਜ਼ਿੰਦਗੀਆਂ ਪਿਆਰੀਆਂ ਹੈ, ਇਹ ਫਨ ਫਨ ਦੇ ਚੱਕਰ 'ਚ ਕਿਤੇ ਹੋਰ ਫਨ ਨਾ ਹੋ ਜਾਵੇ। ਸੋ ਦੈਟਸ ਵਾਈ ਉੱਦਮ ਤੁਹਾਨੂੰ ਦਿਖਾਉਂਗੀ ਜ਼ਰੂਰ। ਅਸੀਂ ਦੇਖਿਆ ਔਰ ਦੇਖਣ 'ਚ ਰਿਸਕੀ ਜਿਹਾ ਲੱਗਦਾ ਸੀ ਗਾਇਸ, ਕੁਛ ਐਂਟਰਟੇਨਿੰਗ ਮੈਨੂੰ ਲੱਗ ਗਈ। ਉਹਨੂੰ ਵਧੀਆ ਲੱਗਦਾ ਆਪਣੀ ਲਾਈਫ ਦੇ ਨਾਲ ਖੇਲਣਾ, ਖੇਲਣਾ ਹੀ ਹੋ ਗਿਆ ਨਾ ਪੰਗਾ ਯਾਰ। ਇੱਕ ਵੀ ਵਾਇਰ ਟੁੱਟ ਜਾਏ ਕਿੱਦਾਂ, ਇੱਕ ਕਰੇਨ ਹੈ ਜਸਟ, ਉਹ ਤੁਹਾਨੂੰ ਉੱਪਰ ਚੱਕ ਕੇ ਲੈ ਕੇ ਜਾਂਦੀ ਹੈ ਨਾ। ਕੁਛ ਵੀ ਅਰਥਕਵੇਕ ਆ ਜਾਏ ਜਾਂ ਕੁਛ ਵੀ ਹੋ ਜਾਏ, ਪਤਾ ਨਹੀਂ ਲੋਕ ਕਿੱਦਾਂ ਕਰ ਲੈਂਦੇ ਆ। ਸੋ ਫਿਰ ਅਸੀਂ ਤੁਹਾਨੂੰ ਅਵੋਇਡ ਹੀ ਕੀਤਾ, ਕਹਿੰਦੇ ਕਿ ਥੱਲੇ ਬਹਿ ਕੇ ਰੋਟੀ ਖਾ ਲਵਾਂਗੇ, ਉੱਤੇ ਬਹਿ ਕੇ ਨਹੀਂ ਖਾਣੀ। ਹੋਰ ਨਾ ਉੱਤੇ ਉੱਤੇ ਜਾਂਦੇ ਹੋਰ ਉੱਤੇ ਪਹੁੰਚ ਜਾਏ, ਏ ਲੀਆ ਨਹੀਂ ਉੱਥੋਂ ਟੱਕਰ ਜਾਣ, ਹੈ ਮੈਂ ਚੰਦਰਿਆ। ਮੈਂ ਨਹੀਂ ਮਿਲਾਉਣ ਲੋਹੇ ਵਾਲਾ ਨੂੰ, ਤੁਸੀਂ ਤਾਂ ਸਾਰੀ ਮੇਰੀ ਮੂਡ ਹੀ ਖਰਾਬ ਕਰਤਾ। ਚਲੋ ਗਾਇਸ ਬਾਏ। ਜਿਹੜੀ ਰੈਸਟ ਹੋ ਗਈ ਆ, ਠੀਕ ਹੈ ਟੇਬਲ। ਸ਼ੀਸ਼ਾ ਕਿੱਥੇ ਗੱਬੇ ਇੱਦਾਂ ਹੀ ਲਾਉਣਾ ਪੈਣਾ ਉੱਤੇ, ਇਹ ਨਹੀਂ ਦਾੜੇ ਬਣਾ ਨਾਲੇ ਡਿਮੈਂਸ਼ਨ ਜਿੱਦਾਂ ਦੇ ਮਰਜ਼ੀ ਬਣਾ। ਇਹ ਅਲਮੀਨੀਅਮ ਤੇ ਹੈ ਨਾ ਲੋਹੇ ਦੇ ਯਾਰ? ਡਰਾਇੰਗ ਰੂਮ ਵਾਲਾ ਸੈਂਟਰ ਟੇਬਲ ਹੈ ਇਹ ਕੀ ਇਹ ਕਿਦਾਂ ਹੋਇਆ? ਖੜਕਣਾ ਹੁੰਦਾ ਹੈ ਆ ਪਿਆਰਾ ਸੀ ਪਿੱਛੇ ਜਿਹੜਾ ਗਿਆ। ਹਾਂ ਇਹ ਲੈ ਲਈ ਉਹਦੇ ਨੇ ਡਰਾਇੰਗ ਰੂਮ ਦੇ। ਇਹ ਹੀ ਕਹਿੰਦਾ ਕਿੰਨੇ ਦਾ ਬਣਾਉਣੇ ਪੈਂਦੇ ਡਿਜ਼ਾਈਨ ਆਏ ਬਣਾਉਣ ਦੇ ਜਿਵੇਂ ਤਾਂ ਆਪ ਬਣਾਉਣੇ ਪੈਂਦੇ। ਹਾਂ ਬਣਾ ਲਓ ਡਿਜ਼ਾਈਨ ਜਿਹੜਾ ਮਰਜ਼ੀ ਬਣਾ ਲਓ। ਤੁਸੀਂ ਬਣਾਉਂਗੇ ਲੋਹੇ ਵਾਲੇ ਨੂੰ ਡਿਜ਼ਾਈਨ ਦੇ ਕੇ ਬਣਾ ਦਿੰਦੇ ਆ ਜਿੱਦਾਂ ਗੇਟ ਬਣਦੇ ਆ ਪਿਆਰਾ ਲੱਗਾ ਮੈਨੂੰ ਡਿਜ਼ਾਈਨ ਵਿੱਚ ਸ਼ੀਸ਼ਾ ਰੱਖ ਕੇ ਸਾਡੇ ਡਰਾਇੰਗ ਰੂਮ 'ਚ ਜਿਹੜਾ ਟੇਬਲ ਹੈ ਉਹ ਚੇਂਜ ਕਰਨ ਵਾਲਾ। ਮੇਰਾ ਤਾਂ ਮਨ ਕਰਦਾ ਹੈ ਜਿਹੜਾ ਲੋਬੀ ਵਾਲਾ ਸੋਫਾ ਹੈ ਉਹ ਡਰਾਇੰਗ ਰੂਮ 'ਚ ਕਰ ਦੇਵਾਂ, ਲੋਬੀ ਸਿਰਫ ਡਾਇਨਿੰਗ ਟੇਬਲ ਹੋਣਾ ਚਾਹੀਦਾ, ਕਰ ਦੇਵਾਂ ਹੈ ਨਾ। ਓਕੇ ਗਾਇਸ ਸੀ ਯੂ ਲੇਟਰ। ਹਜੇ ਅਸੀਂ ਕਾਫੀ ਪੀਂਦੇ, ਇੱਕ ਹੋਰ ਕਾਫੀ ਪੀਣ ਦਾ ਮਨ ਕਰਦਾ ਹੈ। ਹੁਣ ਕੋਈ ਪੁੱਛਣਾ ਨਾ ਉਹਨੂੰ ਕਹਿੰਦਾ ਯੈਸ ਵਨ ਮੋਰ ਕਾਫੀ ਆਹਾ, ਕਿਉਂਕਿ ਇਹਨਾਂ ਨੇ ਕਾਫੀ ਮੇਰੀ ਫੇਵਰੇਟ ਵਾਲੀ ਰੱਖੀ ਹੈ, ਮੈਂ ਬਹੁਤ ਦੇਰ ਤੋਂ ਲੈਣਾ ਚਾਹ ਰਹੀ ਹਾਂ, ਮੈਂ ਲੈ ਨਹੀਂ ਰਹੀ, ਮੈਂ ਤਾਂ ਕਾਫੀ ਪੀਣੀ ਹੈ। ਇਹਨਾਂ ਨੇ ਨਾ ਦੂਜੀ ਜਿਹੜੀ ਬੀਨਸ ਤੋਂ ਮਸ਼ੀਨ ਨਹੀਂ ਹੁੰਦੀ, ਇੰਨੀ ਸੋਹਣੀ ਕਾਫੀ ਹੈ ਮੇਰੀ ਕਾਫੀ। ਤੁਸੀਂ ਚਾਹ ਮੰਗਾਇਓ, ਚਾਹ ਨਾਲ ਬਿਸਕੁਟ ਆ ਜੂਗੀ, ਮੈਂ ਕਾਫੀ ਮੰਗਾਉਂਗੀ, ਕਾਫੀ ਨਾਲ ਚਿਪਸ ਆ ਜੂਗੀ। ਜ਼ੋਮੈਟੋ ਮੰਗਾਉਣਾ? ਜ਼ੋਮੈਟੋ ਨਹੀਂ ਹੈ, ਨੋ ਜ਼ੋਮੈਟੋ। ਰੋਟੀ ਆਉਣੀ ਤਾਂ ਹੈ, ਉਹ ਲੈ ਕੇ ਤਾਂ ਗਏ, ਬਾਹਰਲਾ ਨਹੀਂ, ਮੇਰਾ ਖਾਣ ਨੂੰ ਮਨ ਨਹੀਂ ਕਰਦਾ ਬਾਹਰਲਾ ਯਾਰ। ਜੇ ਖਾਣਾ ਵੀ ਹੋਏ ਤਾਂ ਕੁਛ ਵਧੀਆ ਠੰਡਾ ਠੰਡਾ, ਠੰਡ ਪਾਏ, ਅੱਗ ਲਾਉਣ ਵਾਲਾ ਨਹੀਂ। ਠੰਡ ਪਾ, ਨਿੰਬੂ ਪਾ, ਇੱਥੇ ਲਾਗੇ ਲਾਗੇ ਹੀ ਹੈ ਸਾਰਾ ਕੁਛ, ਮੈਨੂੰ ਪਤਾ ਹੀ ਹੈ। ਚਿਪਸ ਮੰਗਾ ਲਓ ਜ਼ੋਮੈਟੋ ਤੋਂ, ਆ ਸਕਦੇ ਨਾ ਅੰਕਲ ਚਿਪਸ? ਉਹਨੇ ਉਹਨੂੰ ਤੇਲ ਫੂਕ ਦਾ ਨਹੀਂ, 200 ਦੋ ਪੈਕੇਟ ਮੰਗਾ ਲਿਓ 40 ਰੁਪਏ। ਮੈਨੇ ਨਾ ਹੱਥ ਜੋੜ ਕੇ ਬੇਨਤੀ ਉੱਪਰ ਦੇਖ ਕੇ ਨਾ ਸਲਾਬਾ ਸਲਾਬਾ ਲੈਣਾ। ਸੋ ਗਾਇਸ ਬੈਠੇ ਬੈਠੇ ਬੋਰ ਹੋਏ ਕਰਨਾ ਥਾ ਕੁਛ ਕਾਮ, ਆ ਗਈ ਹੈ ਟਿਫਨ, ਖਾ ਕਰੋ ਕਾਮ ਤਮਾਮ। ਸੋ ਫਿਰ ਸਾਡੇ ਲਈ ਆ ਗਈ ਸੀ ਰੋਟੀ ਔਰ ਟਿਫਨ। ਸੋ ਫੇ ਟਿਫਨ ਦੇ ਕਲਰ ਹੀ ਬੜੇ ਪਿਆਰ ਲੱਗਦੇ ਸੀ, ਫੇ ਇਹਨਾਂ ਨੇ ਭਾਜੀ ਨੇ ਲਾਈ ਸਾਡੇ ਲਈ ਪਲੇਟ ਔਰ ਪਾਣੀ ਦੇ ਗਲਾਸ
ਔਰ ਟਿਫਨ ਆਹ ਪਰ ਸਾਨੂੰ ਆਪ ਨੂੰ ਹੀ ਖੋਲ੍ਹਣੇ ਪੈਣੇ ਸੀ ਸੋ ਲਾਲੀ ਲੱਗੇ ਪਹਿਲਾਂ ਖੋਲ੍ਹਣ ਆਹ ਕਰਦੀ ਰੋਟੀ ਖਾਧੀ ਇੰਜੋਏ ਕੀਤਾ ਚਲੋ ਅਸੀਂ ਰੋਟੀ ਖਾ ਲਈਏ ਫਿਰ ਤੁਹਾਨੂੰ ਮਿਲਦੇ ਹਾਂ ਖੈਰ ਫਿਰ ਹੀ ਮਿਲਾਂਗੇ ਹੁਣ ਤਾਂ ਨੈਕਸਟ ਵਲੋਗ 'ਚ ਮਿਲਾਂਗੇ ਇੱਥੇ ਕਰ ਦੇਵਾਂਗੇ ਵਲੋਗ ਦਾ ਐਂਡ ਤੁਸੀਂ ਤਦ ਤੱਕ ਕਰੋ ਰੋਟੀ ਇੰਜੋਏ ਸਾਡੇ ਨਾਲ ਸੋ ਬਾਏ ਬਾਏ ਟੇਕ ਕੇਅਰ ਸੀ ਯੂ ਸੂਨ